ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਇੱਕ ਬਹੁਤ ਹੀ ਦੁਖਦ ਖਬਰ ਸਾਡੇ ਸਾਹਮਣੇ ਆਈ ਹੈ। ਉੱਤਰਾਖੰਡ ਦੇ ਰਾਮਨਗਰ ਦੇ ਵਿੱਚ ਪੈਂਦੀ ਟੇਲਾ ਨਦੀ ਦੇ ਵਿੱਚ ਇੱਕ ਕਾਰ ਡਿੱਗਣ ਕਾਰਨ ਸ਼ੁੱਕਰਵਾਰ ਸਵੇਰੇ 9 ਪੰਜਾਬੀ ਸੈਲਾਨੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ, ਜਦਕਿ 5 ਅਜੇ ਵੀ ਕਾਰ ਦੇ ਵਿੱਚ ਫਸੇ ਹੋਏ ਨੇ। ਇੱਕ ਵਿਅਕਤੀ ਨੂੰ ਜ਼ਿੰਦਾ ਬਚਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਸਾਰੇ ਸੈਲਾਨੀ ਪੰਜਾਬ ਦੇ ਪਟਿਆਲਾ ਤੋਂ ਘੁੰਮਣ ਆਏ ਹੋਏ ਸੀ ਅਤੇ ਕਾਰ 'ਚੋਂ 22 ਸਾਲਾ ਨਾਜ਼ੀਆ ਨਾਂ ਦੀ ਔਰਤ ਨੂੰ ਬਚਾਇਆ ਗਿਆ। ਉਸ ਨੂੰ ਰਾਮਨਗਰ ਹਸਪਤਾਲ ਭੇਜ ਦਿੱਤਾ ਗਿਆ। ਇਹ ਹਾਦਸਾ ਸਵੇਰੇ 5:45 ਦੇ ਉੱਤੇ ਵਾਪਰਿਆ, ਜਦੋਂ ਪਟਿਆਲਾ ਦੇ ਸਾਰੇ ਵਸਨੀਕ ਪੰਜਾਬ ਵਾਪਸ ਜਾ ਰਹੇ ਸੀ। ਕਮਾਊ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਦੱਸਿਆ ਕਿ ਅੱਜ ਤੜਕੇ ਮੀਂਹ ਕਾਰਨ ਆਏ ਪਾਣੀ ਦੇ ਤੇਜ਼ ਵਹਾਅ ਦੌਰਾਨ ਰਾਮਨਗਰ ਦੀ ਟੇਲਾ ਨਦੀ ਵਿੱਚ ਇੱਕ ਕਾਰ ਦੇ ਵਹਿ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇੱਕ ਲੜਕੀ ਨੂੰ ਜ਼ਿੰਦਾ ਬਚਾ ਲਿਆ ਗਿਆ ਅਤੇ ਕਰੀਬ 5 ਲਾਸ਼ਾਂ ਅਜੇ ਵੀ ਫਸੀਆਂ ਹੋਈਆਂ ਹਨ। ਆਓ ਦੇਖਦੇ ਹਾਂ ਜਤਿੰਦਰ ਕੁਮਾਰ ਦੀ ਇੱਕ ਰਿਪੋਰਟ। ਕਾਸ਼ੀਪੁਰ ਤੋਂ ਆ ਰਹੇ ਤੇ ਸਰ? ਹਾਂ, ਸਮਾਨ ਲੈਣ ਆ ਰਹੇ ਤੇ ਹੋਟਲ ਮੰਡੇਲਾ ਮੈਂ ਗਾਉਂ ਹਾਂ ਆ ਰਹੇ ਸਮਝਦੇ ਢੇਲਾ ਗਾਉਂ ਮੈਂ ਯਾਰ ਮੈਂ ਪਾਣੀ ਖੋਤੇ ਬਹਾਵ ਆਇਆ, ਮੈਂ ਯਾਰ ਖੜਾ ਤਾ ਕਰ ਲਿਆ ਹੋਵੇ, ਮੈਂ ਨਾ ਹੱਥ ਲਾਇਆ ਲੈਟਾਂ ਮਾਰੀ ਡਬਲ ਕੱਢ ਦੇ ਰੋਗੀ ਫਿਰ ਜ਼ਿਆਦਾ ਕਾਰ ਆਤੇ ਰਹੀ ਪਾਣੀ ਹੱਥ ਪੂਰੀ ਵਾਲੀ ਪੈ ਗਈ ਮੇਰੇ ਸਾਹਮਣੇ ਵਾਲੀ ਬਾਤ ਹੱਸ ਮੇਰੇ ਸਾਹਮਣੇ ਉਹ ਆਈ ਵਾਲਾ ਪੂਰਾ ਮੈਂ ਮਨਾ ਕਰ ਰਿਹਾ ਹੂੰ ਮੈਂ ਹੱਸ ਲਾ ਰਿਹਾ ਹੂੰ ਮੈਂ ਸੁਬਹ 5 ਵਜੇ ਟਾਈਮ ਪੂਰਾ 5 ਵਜੇ ਟਾਈਮ ਥਾ